ਆਖਿਰ ਤੋਂ ਸਾਹਿਬ ਦਾ ਫੀਡਬੈਕ ਜ਼ਰੂਰ ਦੇਣਾ, ਆਇਆ ਤੁਹਾਨੂੰ ਮਿਲਾਪ ਪਸੰਦ ਆਇਆ ਜਾਂ ਨਹੀਂ ਆਇਆ। ਜੇ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਬਾਰਿਸ਼ ਆਈ ਹੋਈ ਸਾਡੇ ਕੋਲ ਬੜੀ ਜ਼ੋਰ ਸ਼ੋਰ ਨਾਲ, ਤਾਂ ਇਹ ਬਾਈ ਵਾਲੀ ਬੱਕਰੀਆਂ ਲਈ ਜਾਂਦੇ ਹਾਂ, ਸਾਡਾ ਬੱਕਰੀਆਂ ਇੱਛਾ ਬਿੱਤਲ ਨਸਲ ਦੀ ਬੱਕਰੀਆਂ ਹੀ ਹਨ, ਪਈਆਂ ਦੇਸੀ ਵੀ ਹਨ, ਕੁਰਬਾਨੀਆਂ ਹੀ ਹਨ, ਸਾਰੀ ਨਸਲ ਦੀ ਬੱਕਰੀਆਂ ਬੇਟਾ ਇਨ ਸਾਲਾ ਤੁਸੀਂ ਸਾਡੇ ਨਾਲ ਰਹੋ ਅਤੇ ਇਨ ਸਾਲਾ ਤੁਹਾਨੂੰ ਸਾਨੂੰ ਕਹਿੰਦੇ ਹਾਂ ਅਤੇ ਆਖਿਰ ਤੋਂ ਸਾਹਿਬ ਦਾ ਫੀਡਬੈਕ ਜ਼ਰੂਰ ਦੇਣਾ, ਆਇਆ ਤੁਹਾਨੂੰ ਮਿਲਾਪ ਪਸੰਦ ਆਇਆ ਜਾਂ ਨਹੀਂ ਆਇਆ। ਜੇ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਅਗਰ ਮੈਂ ਤੁਹਾਨੂੰ ਫੈਨ ਲਈ ਦੱਸਿਆ ਸਾਂ ਵੀ ਬਾਰਿਸ਼ ਆ ਜਾਵੇ ਤਾਂ ਬਾਰਿਸ਼ ਦੇ ਵਿੱਚ ਨਾ ਇਹ ਜਿਹੜੇ ਹਨ ਪਹਿਲਾਂ ਯਾਨੀ ਕਿ ਬੱਕਰੀਆਂ ਜਿਹੜੇ ਬੰਦੇ ਰੱਖਦੇ ਨੇ ਅਤੇ ਉਹ ਕਿਵੇਂ ਗੁਜ਼ਾਰਾ ਕਰਦੇ ਨੇ। ਅਤੇ ਪਹਿਲਾ ਨੰਬਰ ਤਾਂ ਸਾਡੇ ਇਲਾਕੇ 'ਚ ਬਾਰਿਸ਼ ਇਤਨੀ ਆਈ ਨਾਲ ਅਲਹਮਦੁਲਿਲਾ ਵਿਆ ਵੇਖੋ ਬੱਕਰੀਆਂ ਬਿਲਕੁਲ ਸਫੈਦ ਹੋਈਆਂ ਵਧੀਆਂ ਚਿੱਟੀਆਂ ਦੁੱਧ। ਤਾਂ ਬਾਰਿਸ਼ ਦੇ ਵਿੱਚ ਜਿਹੜਾ ਨਾ ਮਸਲਾ ਤਾਂ ਬਣਦਾ ਹੀ ਹੈ, ਜ਼ਾਹਰੀ ਗੱਲ ਹੈ ਪਈ ਹੈ, ਜਿਹੜਾ ਨਾ ਜਿਹੜੇ ਜਾਂਦੀਆਂ ਨੇ ਘਰ ਉੱਥੇ ਪਤਾ ਹੈ ਕਸ਼ਕ ਦਿੰਦੇ ਨੇ ਇਹਨੇ ਕਿਤੇ ਅਤੇ ਨਾ ਉਹਨੂੰ ਪਤਾ ਹੋ ਸੀ। ਬਾਕੀ ਖੂਬਸੂਰਤੀ ਬੜੀ ਲੱਗਦੀ ਪਈ ਬਾਰਿਸ਼ ਦੇ ਵਿੱਚ ਨਾ, ਇੱਥੇ ਟੱਪਦੀਆਂ ਪਈਆਂ ਤਾਂ ਮੈਂ ਲੈ ਜੇ ਵੀਡੀਓ ਬਣਾ ਹੈ ਪਿੱਛੇ ਵੇਖੋ ਨਾ, ਮਾਸ਼ਾ ਅੱਲਾ ਬੜੀ ਪਿਆਰੀ ਲੁੱਕ ਹੈ ਪਈ, ਬੜੀ ਖੂਬਸੂਰਤੀ ਹੈ। ਅਤੇ ਇਹ ਚਾਚੇ ਹੋਰ ਕੋਲ ਪੁੱਛਦੇ ਹੀ ਹਾਂ ਇਹ ਕਿਤਨਾ ਕਮਾ ਲੈਂਦੇ ਨੇ ਬੱਕਰੀਆਂ ਦੇ ਵਿੱਚੋਂ, ਹੈ ਵੀ ਵਰਤ ਇਹ ਦਰਖ ਮਰਿਆਂਦੀਆਂ ਪਈਆਂ ਨੇ। ਇਹ ਥਾਂ ਡਾਕ ਬਈ ਥਾਂ ਡਾਕ ਕਿਆ ਲੈਣ ਚਾਚਾ, ਤੂੰ ਦੱਸੇ ਇਸ ਨਾਲ ਸਾਨੂੰ ਕੀਮਤ ਝੋਕੀ ਬੱਕਰੀ ਦੀ ਇੱਕ ਦੀ ਕੀਮਤ ਕੰਮ ਨਹੀਂ ਟੈਕਸ ਕਿਆ ਭਰਨਾ ਪੈਂਦਾ, ਅੱਲਾ ਮਾਫੀ ਦੇ ਆਪ ਬੱਕਰੀਆਂ ਆਪ ਦੀਆਂ ਚਲਾਈਆਂ ਟੈਕਸ ਕਿਆ ਭਰੇਵਣਾ ਕੇਸ਼ਾ ਟੈਂ ਟੈਕਸ ਪੈਂਦਾ ਉਹ ਨਹੀਂ ਚਾਚਾ ਨਹੀਂ ਪੈਂਦਾ ਕਿਆ ਲੈਣ ਚਾਚਾ ਤਬੀਅਤ ਸਿਹਤ ਠੀਕ ਹੈ। ਅਜੇ ਹੁਣ ਬਾਰਿਸ਼ ਵਗੈਰਾ ਜੀ ਆ ਜਾਵੇ ਤਾਂ ਮੁੜ ਇਹਨਾਂ ਨੂੰ ਕੇਸ਼ਾ ਕਤੇ ਦਿਓ, ਹੁਣ ਮਸਲਾ ਤਾਂ ਬਣਦਾ ਸੀ ਜਿਵੇਂ ਅੱਜ ਬਾਰਿਸ਼ ਦਾ ਮੌਸਮ ਹੈ ਪਿਆ ਮੁੜ ਹੁਣ ਇਹਨਾਂ ਨੂੰ ਕਛਾ ਹੋਰ ਹੀ ਗਤੇ ਸੋਈ ਆਈਏ ਅੱਛਾ ਪੱਠੇ ਕਦੇ ਸੋ ਦਾਣੇ ਕਦੇ ਅਤੇ ਮਹੀਨੇ ਦੇ ਸਾਲ ਕਿਤਨੀ ਬੱਚਤ ਆ ਜਾਂਦੀ ਤੁਹਾਨੂੰ ਬੱਕਰੀਆਂ ਦੇ ਵਿੱਚ ਅੱਛਾ 5-7 ਲੱਖ ਦੀ ਬੱਕਰੀਆਂ ਕਈ ਤਾਂ ਅਗਰ ਮੈਂ ਵਿਆਹ ਹੁੰਦਾ ਵੀਡੀਓ ਤਾਂ ਕਰੋੜਾਂ ਦੇ ਵਿੱਚ ਦੱਸਿਆ ਦਿਨ ਬੱਕਰੀਆਂ ਜ਼ਿਆਦਾ ਆਉਂਦੀਆਂ ਹੋ ਸਨ ਚਲੋ ਮਾਸ਼ਾ ਅੱਲਾਹ ਹਾਂਜੀ ਵਿਵਰਸ ਤਾਂ ਇਹ ਬਾਰਿਸ਼ ਆਈ ਹੋਈ ਹੈ ਅਤੇ ਹੁਣ ਅੱਲਾ ਖੈਰ ਕਰੇ ਨਾ ਇੱਥੇ ਸਬਜ਼ਾ ਹੀ ਸਬਜ਼ਾ ਹੋਵੇ ਸੀ ਬਾਰਿਸ਼ ਗਈ ਆ ਨਾ ਮੋਟਰਵੇ ਦੇ ਨਾਲ ਨਾਲ ਸਾਰਾ ਏਰੀਆ ਦੇ ਵਿੱਚ ਇਨਸ਼ਾਅੱਲਾ ਆਨ ਕਰੀਬ ਥੋੜ੍ਹੇ ਜਿਹਾ ਦੇ ਹਨ ਗੱਡੀ ਟੱਪਦੀ ਪਈ ਥੋੜ੍ਹੇ ਦਿਨ ਬਾਅਦ ਨਾ ਇੱਥੇ ਸਬਜ਼ਾ ਹੀ ਸਬਜ਼ਾ ਸੀ ਹਾਂਜੀ ਵਿਵਰ ਤਾਂ ਵੇਖੋ ਹੁਣ ਜਿਹੜੀ ਚੀਜ਼ ਇਹਨਾਂ ਨੂੰ ਮਿਲਦੀ ਪਈ ਉਹ ਚੀਜ਼ ਇਹ ਖਾ ਜਾਂਦੇ ਆ ਬਿਲਕੁਲ ਸਾਫ ਹੈ ਜਾਇਆ ਅਸਾਂ ਇੱਥੇ ਪਾਤਰ ਵਗੈਰਾ ਸੱਟਿਆਣਾ ਤੱਲੇ ਵਾਲੇ ਅਤੇ ਉਹ ਖਾਂਦੇ ਪਏ ਚਾਚਾ ਹੁਣ ਤਾਂ ਬਾਰਿਸ਼ ਆ ਗਏ ਮਾਸ਼ਾਅੱਲਾ ਬਈ ਜਿਹੜਾ ਨਾ ਹੁਣ ਤਾਂ ਬੜੀ ਖੁਸ਼ੀ ਹੋ ਸੀ ਬਈ ਇੱਥੇ ਸਾਰਾ ਸਬਜ਼ਾ ਹੀ ਸਬਜ਼ਾ ਹੋਵੇ ਸੀ ਜੀ ਜੀ ਚਰਾ ਮਾਸ਼ਾਅੱਲਾ ਬਣ ਜਾ ਸੀ ਬੜਾ ਮਜ਼ਾ ਸੀ ਜੀ ਤੂੰ ਸਾਹ ਪਿਆਰ ਤਾਂ ਕੀ ਹਾਲਾਤ ਹੁਣ ਕੋਈ ਵੱਲ ਆ ਗਿਆ ਨਹੀਂ ਕੋਈ ਨਹੀਂ ਹਾਂਜੀ ਵੀ ਵਰਤ ਇਹ ਚੈੱਕ ਕਰੋ ਜੀ
ਇਨਸ਼ਾਅੱਲਾ ਆਨ ਕਰੀਬ ਜਿਹੜਾ ਨਾ ਹੁਣ ਤਾਂ ਸੁੱਕਾ ਖਾਣੀ ਖਾਤੀਆਂ ਨਾ ਇੰਨਾ ਚਾਹੁੰਦੇ ਹਨ ਤਕਰੀਬਨ ਹਫ਼ਤੇ ਦੋ ਹਫ਼ਤੇ ਬਾਅਦ ਇੱਥੇ ਸਾਰਾ ਸਬਜ਼ਾ ਹੋਵੇ ਸੀ ਮੋਟਰਵੇ ਦੇ ਵਿੱਚ ਮੋੜ ਹੀ ਨਾ ਤਾਂ 6 ਮਹੀਨੇ ਇਨਸ਼ਾਅੱਲਾ ਸਕੂਨ ਨਾਲ ਪਾਇਆ ਜਾ ਸਕੇ। ਕੀ ਹਾਲ ਹੈ ਜੀ? ਖੈਰ ਮਿਹਰਾਂ ਦੀ। ਇੱਥੇ ਡਕੇਸੋ ਤਾਂ ਮੋੜੀ ਰੁਕ ਸਨ ਨਾ। ਹਾਂਜੀ ਵੀਵਰਸ, ਇਹ ਵੇਖੋ ਹੁਣ ਉਹ ਦੱਸਿਆਂਦਾ ਪਿਆ, ਮੈਂ ਭਾਈ ਹੋਰਾਂ ਕੋਲ ਪੁੱਛਿਆ, ਚਾਚੇ ਹੋਰਾਂ ਕੋਲ, ਉਹ ਦੱਸਿਆ ਪਿਆ ਜਦ ਬਾਰਿਸ਼ ਵਗੈਰਾ ਆ ਜਾਵੇ ਨਾ ਤਾਂ ਅਸਾਂ ਇਹਨਾਂ ਨੂੰ ਪੱਠੇ ਕਰਦੇ ਨੇ, ਪੱਠੇ ਕਰਨ ਤੋਂ ਬਾਅਦ ਇਹਨਾਂ ਨੂੰ ਉਗ ਦਿੰਦੇ ਹੁੰਦੇ ਹਾਂ ਦੂਸਰਾ ਦਾਣੇ ਵਗੈਰਾ, ਅਤੇ ਇਹ ਸਾਰੀਆਂ ਮਿਕਸ ਨਸਲ ਦੀਆਂ ਬੱਕਰੀਆਂ ਨੇ, ਬਿੱਤਲ ਨਸਲ ਹੀ ਹੈ, ਬਰਬਾਨੀ ਹੈ, ਦੇਸੀ ਵੀ ਹਨ, ਬੇਟਾਂ ਹੀ ਹਨ, ਬੱਕਰੀਆਂ ਵੀ ਹਨ, ਤਰ੍ਹਾਂ ਤਰ੍ਹਾਂ ਦੀ ਇਹਦੇ ਵਿੱਚ। ਅਤੇ ਫਿਲਹਾਲ ਜਿਹੜੇ ਹਨ ਜਿਹੜਾ ਕੋਈ ਖਾਂਦੀਆਂ ਪੀਂਦੀ ਤੁਹਾਡੀ ਅੱਖੀ ਦੇ ਸਾਹਮਣੇ ਮੇਰਾ ਕੀ ਦੱਸਣਾ, ਲਾਣੀ ਜਿਹੀ ਪਈ ਹੈ ਇਹਨਾਂ ਸਭ ਸਦਿੰਦੇ ਹੁੰਦੇ ਹਾਂ ਕੰਡਿਆਰੀ, ਇਹ ਹੁਣ ਕੰਡਿਆਰੀ ਵੀ ਖਾਂਦੀਆਂ ਕਰਤੀਆਂ ਨੇ, ਬਾਰਿਸ਼ ਆਈ ਨਾ, ਬਾਰਿਸ਼ ਆਉਣ ਦੇ ਨਾਲ ਮੌਸਮ ਬੜਾ ਹੋ ਗਿਆ ਖਰਾਬ। ਅੱਲਾ ਦੀ ਜਾਤ ਯਾਰ ਹੁਣ ਸਿਆ। ਅੱਛਾ ਇਹ ਸੁਣਾ ਬਈ, ਇਹ ਹੁਣ ਜਿਹੜੀਆਂ ਖਲੋਤੀਆਂ ਇਹਨਾਂ ਨੂੰ ਘਰ ਜਗਤੇ ਸੋਈ ਸਹੀ ਹੈ ਕੋਈ ਨਹੀਂ? ਹਾਂਜੀ ਵੀਵਰ ਤਾਂ ਆਉਂਦੇ ਮੈਨੂੰ ਪੱਠੇ ਵਗੈਰਾ ਜਾ ਕੇ ਸਜਾ ਦਿੰਦੇ, ਪੱਠੇ ਕੇ ਨਹੀਂ ਆਉਂਦੇ ਉਹ ਕੀ ਕਰਨ? ਅੱਛਾ ਤੇ ਬਾਰਿਸ਼ ਇਹਨਾਂ ਦੇ ਉੱਤੇ ਵਸਾਈ ਨਹੀਂ ਕਾ ਪੋਲ ਹੇਠ? ਹਾਂਜੀ ਵੀਵਰ ਤਾਂ ਇਹ ਨਾ ਪੁੱਲ ਬਣੀ ਹੋਈ ਨਾ ਮੋਟਰਵੇ ਦੀਆਂ ਪੁੱਲਾਂ ਸਾਡੇ ਘਬਾਟ ਹੀ ਪਈਆਂ, ਅਗਰ ਬਾਰਿਸ਼ ਵਗੈਰਾ ਆ ਜਾਵੇ ਤਾਂ ਇਹ ਪੁੱਲਾਂ ਦੇ ਹੇਠ ਬੱਕਰੀਆਂ ਡੱਕ ਦਿੰਦੀਆਂ, ਵੇਖਣ ਕਿੰਨੀ ਖੂਬਸੂਰਤ ਲੱਗਦੀ ਪੈਣ। ਵੈਸੇ ਤਾਂ ਨਵਾਂ ਇੰਜਨ ਪਾਉਂ ਘੱਟ, ਤੇਰੀ ਗੱਲ ਹੈ ਕਿ ਕਿਵੇਂ ਨਵਾਂ ਮਿਲਣ, ਅਤੇ ਜਦੋਂ ਬਾਰਿਸ਼ ਆ ਜਾਵੇ ਮੋਟ ਬਣ ਜਾਂਦਾ ਮਜ਼ਾ। ਹੁਣ ਵੇਖ ਚਮਕੀਆਂ ਖਲੋਤੀਆਂ ਸਾਰੀਆਂ ਬੱਕਰੀਆਂ, ਇੱਕ ਬੱਕਰਾ ਵੱਧ ਹੁੰਦਾ ਯਾਰ ਉਹ ਹੁਣ ਕਵਾਲ। ਹਾਂਜੀ ਵੀਵਰ ਤਾਂ ਇਨਸ਼ਾਅੱਲਾ ਉਹ ਬੱਕਰਾ ਹੀ ਤੁਹਾਨੂੰ ਮੈਂ ਆਨ ਕਰੇ ਵਿਖਾਈ ਸਾਂ, ਅਗਲੇ ਦਿਨ ਮੈਂ ਗਿਆ ਹਾਂ ਅਤੇ ਫਿਰ ਉਹ ਥੋੜ੍ਹੀ ਜਿਹੀ ਲੇਟ ਹੁੰਦੀ, ਫਿਰ ਰਮਜ਼ਾਨ ਸ਼ਰੀਫ ਦਾ ਮਹੀਨਾ ਇਹਨੇ ਤਿਆਰੀ ਦਾ ਟਾਈਮ ਆਈ, ਅਤੇ ਉਸ ਟਾਈਮ ਮੈਂ ਉਹ ਕਿ ਉਹਦੇ ਨਾਲ ਕੋਈ ਨਾ ਉਹਦੀ ਵੀਡੀਓ ਬਣਾ ਸਕਿਆ ਤਾਂ ਇਨਸ਼ਾਅੱਲਾ ਆਨ ਕਰੇ ਤੁਹਾਨੂੰ ਵਿਖਾਈ ਸਾਂ। ਹਾਂਜੀ ਵੀਵਰ ਤਾਂ ਹੁਣ ਆਈ ਆਰ ਵਗੈਰਾ ਨਾ ਖੁੜਿਆਂ ਦੇ ਪੈਣ। ਹਾਂਜੀ ਅਤੇ ਇਹ ਹੁਣ ਫੁੱਟਦਾ ਪਿਆ ਯਾਰ, ਇਹ ਆਪਦਾ ਚਾਚੇ ਹੋਰੀ ਆਪਦਾ ਅਲੱਦਾ ਕਰ ਲਏ ਸਨ, ਉਹ ਭਾਈ ਹੋਰੀ ਅਲੱਦਾ ਕਰ ਲਏ ਸਨ, ਆਪਣੇ ਆਪ ਜਿਹੜੀਆਂ ਸਿਆਣੀ ਬੱਕਰੀਆਂ ਆਪਣੇ ਆਪ ਹੀ ਫੁੱਟਦੀਆਂ ਹੋਈ ਦੇ ਨੇ। ਚਾਚਾ ਮੁੜ ਆਪਣੇ ਆਪ ਫੋਟ ਪੈਂਦੀਆਂ ਇਹ ਹੁਣ, ਇਹ ਚਾਚੇ ਇਸ ਦੀਆਂ। ਹਾਂਜੀ ਵੀ ਵਰਤ ਇਹ ਚਾਚੇ ਹੋਰਾਂ ਦੀ ਬੱਕਰੀਆਂ ਨੇ, ਵੇਖੋ ਇਹ ਹੁਣ ਫੁੱਟ ਗਏ ਨੇ, ਅਲੱਦਾ ਹੋ ਗਏ, ਚੈੱਕ ਕਰੋ ਇਹਨੂੰ, ਇਹ ਹੁਣ ਅਲੱਦ ਹੋ ਗਏ ਅਤੇ ਦੂਵੇ ਘਰਾਂ ਦੀਆਂ ਇਹ ਖੜੋਗੀਆਂ, ਉਹ ਅਲੱਦਾ ਖਲੋਤੀ, ਉਹ ਚਾਚੇ ਹੋਰਾਂ ਦੀਆਂ ਬੇਟਾਂ ਖਲੋਤੀ, ਉਹ ਅਲੱਦ ਆਪ ਨਹੀਂ ਕਰਿੰਦਾ ਪਿਆ। ਤਾਂ ਇਨਸ਼ਾਅੱਲਾ ਆਨ ਕਰੀਬ ਅਤੇ ਜੋ ਅਸੀਂ ਸਬਜ਼ਾ ਸਬਜ਼ੇ ਦੇ ਨਾਲ ਹੀ ਮੁੜ ਜਿਹੜਾ ਨਾ ਬਿਹਤਰੀਨ ਮਾਹੌਲ ਬਣ ਗਿਆ ਸੀ। ਹਾਂਜੀ ਵੀਵਰ ਤਾਂ ਇਹ ਵੇਖੋ, ਇਹ ਹੁਣ ਅਲੱਦਾ ਹੋ ਗਿਆ, ਇਹ ਲਈ ਪੈਂਦਾ ਆਪਣੀ ਬੱਕਰੀਆਂ ਭਰਾਂ, ਇਹ ਚੈੱਕ ਕਰੋ ਅਤੇ ਕੁਝ ਇਹ ਖਲੋਤੀਆਂ ਨਾਲ ਕੁਝ ਭਰਾਂ ਲਈ ਪੈਂਦਾ ਇਹ ਚੈੱਕ, ਬਾਕੀ ਖਲੋਤੀਆਂ ਆ ਬਾਕੀ ਮੌਸਮ ਮਾਸ਼ਾਅੱਲਾ ਕਿਆ ਕਮਾਲ ਦਾ ਸਾਡੇ ਕੋਲ ਜੀ, ਬੱਦਲ ਹੀ ਬੱਦਲ ਹੈ, ਕਿਆ ਖੂਬਸੂਰਤੀ ਹੈ, ਕਮਾਲ ਹੈ ਜੀ ਕਮਾਲ। ਕਈ ਵਾਰ ਇਹਦੇ ਨਾਲ ਹੀ ਤੁਸੀਂ ਮੈਨੂੰ ਇਜਾਜ਼ਤ, ਇਨਸ਼ਾਅੱਲਾ ਮਿਲਣੇ ਆ ਅਗਲੇ ਵਲੌਗ ਦੇ ਨਾਲ, ਉਮੀਦ ਕਰ ਸਕੇ ਛੋਟਾ ਜਿਹਾ ਵਲੌਗ ਤੁਹਾਨੂੰ ਪਸੰਦ ਆਮ ਸੀ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋਵੋ ਤਾਂ ਜ਼ਰੂਰ ਬਿਲ ਜ਼ਰੂਰ ਸਬਸਕ੍ਰਾਈਬ ਵੀ ਕਰਨਾ, ਅਤੇ ਨਾਲ ਪਹਿਲਾਂ ਆਈਕੋਨ ਹੀ ਦਬਾਉਣੀ ਹੈ, ਅਤੇ ਆਪਦਾ ਫੀਡਬੈਕ ਹੀ ਤੁਸੀਂ ਜ਼ਰੂਰ ਦੇਣਾ ਕਿ ਆਇਆ ਕਿ ਤੁਹਾਨੂੰ ਇਹ ਸਾਡਾ ਵਲੌਗ ਪਸੰਦ ਆਇਆ ਜਾਂ ਨਹੀਂ ਆਇਆ, ਤਾਂ ਮੈਨੂੰ ਸਪੋਰਟ ਕੀਤੀ ਕਰੋ, ਤੁਹਾਡੀ ਮੁਹੱਬਤ ਦਾ ਇੰਤਹਾਈ ਮਸ਼ਕੂਰ ਹਾਂ।